લેસલી મે ચેસ ਕੀ ਲਿਬੜਾ ਮੈਂ ਤੂੰ ਅੱਜ ਮੈਂ ਤੇਰੇ ਹਾਲਾਤ ਦੇ ਤੂੰ ਮਤਲਬ ਤੈਨੂੰ ਕੀ ਨਹੀਂ ਕੁਛ ਕਰਦਾ ਤੈਨੂੰ ਥੱਲੇ ਦੇ ਕਿੰਨਾ ਕਚਰਾ ਪਾਇਆ ਹੈ ਕੀ ਗੱਲ ਹੈ ਆਰ ਹੁੰਦਾ ਇਦਾਂ ਕਿੱਥੇ ਸੋਫਾ ਪਿਆ ਹੁੰਦਾ ਸੀ ਉਹ ਪਿਆ ਹੁੰਦਾ ਸੀ ਹਾਂ ਸੰਦ ਸਮਾਨ ਹਾਂ ਗੱਲ ਇਹ ਆ ਨਾ ਇੱਥੋਂ ਆਪਾਂ ਕਰ ਲੱਗੇ ਆ ਸ਼ਿਫਟ ਮੂਵ ਹੋਣ ਲੱਗੇ ਆ ਮੂਵ ਹੋਣ ਲੱਗੇ ਆ ਬਟ ਮੂਵ ਕਿਤੇ ਦੂਰ ਨਹੀਂ ਹੋਣ ਦੇ ਇਸੇ ਬਿਲਡਿੰਗ ਕੀ ਹੋ ਰਿਹਾ ਵੈਰੀ ਗੁੱਡ ਠੀਕ ਆ ਬਟ ਇੱਕ ਬਿਲਡਿੰਗ ਚੋਂ ਇੱਕ ਰੂਮ ਤੋਂ ਦੂਜੇ ਰੂਮ 'ਚ ਜਾਣਾ ਦੂਜੇ ਫਲੋਰ 'ਤੇ ਹਾਂ ਨੋਟ ਈਜ਼ੀ ਹਾਂ ਇੰਨਾ ਔਖਾ ਜਾਣੀ ਕਿ ਦੋ ਤਿੰਨ ਦਿਨ ਬੰਦੇ ਨੂੰ ਚਾਹੀਦੇ ਆ ਹਾਂਜੀ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੁਹਾਨੂੰ ਸਾਰੀ ਕਹਾਣੀ ਦੱਸਤੀ ਹੈ ਇਹਨੇ ਹੈ ਨਾ ਅਤੇ ਹਾਲਾਤ ਦੇਖੋ ਸਾਡੇ ਇੰਨਾ ਕੁ ਤੁਹਾਨੂੰ ਪਿਛਲੇ ਵਲੌਗ 'ਚ ਅਸੀਂ ਕਹਿ ਸਕੀਏ ਵੀ ਸਾਡਾ ਆਹ ਮਹੀਨਾ ਜਿਹੜਾ ਮੰਥ ਆ ਬਹੁਤ ਜ਼ਿਆਦਾ ਬਿਜ਼ੀ ਆ ਅਤੇ ਆਵਾਜ਼ ਥੋੜ੍ਹੀ ਗੂੰਜ ਕੇ ਆਉਂਦੀ ਹੋਣੀ ਆ ਥੋੜ੍ਹਾ ਜਿਹਾ ਹਿਸਾਬ ਕਿਤਾਬ ਕਰ ਲਿਓ ਹੈ ਨਾ ਅਤੇ ਆਹ ਮਹੀਨਾ ਫੁੱਲ ਬਿਜ਼ੀ ਨਿਕਲਣਾ ਸਾਡਾ ਠੀਕ ਹੈ ਹਾਂ ਅਤੇ ਆਪਾਂ ਆਪਣਾ ਅਪਾਰਟਮੈਂਟ ਚੇਂਜ ਕਰ ਲਿਆ ਅਤੇ ਜ਼ਰੂਰੀ ਸੀਗਾ ਦੂਜੇ ਅਪਾਰਟਮੈਂਟ ਚਲੇ ਗਏ ਆਪਾਂ ਸੇਮ ਬਿਲਡਿੰਗ ਆ ਕੋਈ ਚੇਂਜ ਚੂੰਜ ਨਹੀਂ ਕੀਤਾ ਅਤੇ ਇਹ ਲੱਗਿਆ ਹੋਇਆ ਉਹ ਪੇਂਟ ਕਰਨ ਮੈਂ ਵੀ ਇਹਦੇ ਇੱਕ ਹੱਥ ਵਟਾਉਂ ਮੈਂ ਆਪਾਂ ਕੱਲ੍ਹ ਦੇ ਲੱਗੇ ਆਪਾਂ ਛੱਪੇ ਕੱਲ੍ਹ ਕੱਲ੍ਹ ਦੇ ਲੱਗਿਆ ਛੱਪੇ ਕੱਲ੍ਹ ਸਾਡਾ ਸੱਤਿਆਨਾਸ਼ ਵੱਜਿਆ ਪਿਆ ਨਾ ਪੂਰਾ ਅੱਜ ਵੀ ਦਿਹਾੜੀ ਲੱਗ ਜਾਣੀ ਕੱਲ੍ਹ ਨੂੰ ਵੀ ਲੱਗ ਜਾਣਾ ਆਹ ਤੁਹਾਨੂੰ ਹਾਲਾਤ ਦਿਖਾ ਦਿੰਦੇ ਸਾਰੇ ਸਾਰਾ ਕਾਚਰ ਪੱਟੀ ਜੀ ਕਿਉਂਕਿ ਆਪਣਾ ਮਕਸਦ ਇਹ ਆ ਵੀ ਜਦੋਂ ਆਪਾਂ ਕੋਈ ਚੀਜ਼ ਛੱਡੀਏ ਬੰਦੇ ਕਲੀਨਿੰਗ ਹੋ ਜੂ ਸਾਰਾ ਕੁਛ ਹੋ ਜੂ ਉਹਨਾਂ ਨੂੰ ਸਾਨੂੰ ਪੁੱਛਣਾ ਵੀ ਨਹੀਂ ਹੈਗਾ ਇਹ ਚੀਜ਼ ਬਾਰੇ ਹੈ ਨਾ ਲੇਕਿਨ ਆਪਾਂ ਇਹ ਸੋਚਿਆ ਕਿ ਸਾਫ਼ ਕਰਕੇ ਜਾਵਾਂਗੇ ਆਪਾਂ ਸਾਫ਼ ਕਰਕੇ ਜਾਵਾਂਗੇ ਜਿੱਥੇ ਆਪਾਂ ਰਹੇ ਹਾਂ ਠੀਕ ਹੈ ਅਤੇ ਇਹਨੂੰ ਪ੍ਰੋਪਰ ਅਗਰ ਜਵਾਕਾਂ ਨੇ ਕੰਧਾਂ 'ਤੇ ਮਾਰਕਿੰਗ ਮੂਰਕਿੰਗ ਕੀਤੀ ਆ ਔਰ ਜਾਂ ਥੱਲੇ ਕਚਰਾ ਪਿਆ ਵਾ ਇਹ ਸਾਰਾ ਕੁਛ ਆਪਾਂ ਆਪਦੇ ਵੱਲੋਂ ਇੱਕ ਜਨਰਲ ਕਲੀਨਿੰਗ ਕਰਕੇ ਜਾਵਾਂਗੇ ਤਾਂ ਜੋ ਕੱਲ੍ਹ ਕੋਈ ਇਹ ਨਾ ਕਹੇ ਯਾਰ ਤੁਸੀਂ ਕਹਿਣਾ ਤਾਂ ਚਲੋ ਕਿਸੇ ਨੇ ਕੁਛ ਨਹੀਂ ਯਾਰ ਲੇਕਿਨ ਆਪਦਾ ਦਿਲ ਨਹੀਂ ਮੰਨਦਾ ਹੈ ਨਾ ਵੀ ਐਂ ਛੱਡ ਕੇ ਚੱਲੀਏ ਖਿਲਾਰਾ ਰਹੇ ਹਾਂ ਦੋ ਸਾਲ ਰਹਿ ਕੇ ਅਪਾਰਟਮੈਂਟ ਦੇ ਵਿੱਚ ਹੁਣ ਜੋ ਪਿਆਰ ਵੀ ਹੁੰਦਾ ਗੰਦ ਪਾ ਕੇ ਥੋੜ੍ਹੀ ਜਾਣਾ ਇਹ 'ਚ ਮੈਂ ਦੱਸਦਾ ਤੁਹਾਨੂੰ ਇਹਦਾ ਕਹਾਣੀ ਮੈਂ ਕਿਉਂ ਦਿਖਾਉਣ ਲੱਗਿਆ ਬਨਾਨਾ ਬਿਸਕਿਟਸ ਬੋਇਲਡ ਐਗ ਪਏ ਨੇ ਜ਼ਿਆਦਾ ਹੀ ਹਾਫ ਬੋਇਲਡ ਮੰਗਾ ਲੈ ਹਾਂ ਤੇ ਪੀਨਟ ਬਟਰ ਬ੍ਰੈਡ ਹੈਂ ਤੇ ਕੌਫੀ ਲਈ ਮਿਲਕ ਹੈ ਨਾ ਸਾਰਾ ਕੁਛ ਇਹ ਆਇਆ ਆਪਣੇ ਨੇਬਰਸ ਤੋਂ ਉਹਨਾਂ ਨੂੰ ਪਤਾ ਵੀ ਅਸੀਂ ਬਿਜ਼ੀ ਹਾਂ ਇਹ ਨੇਬਰ ਹੈਗੇ ਆਪਣੇ ਪਾਕਿਸਤਾਨ ਤੋਂ ਸਮਝ ਗਏ ਤਾਂ ਸਪੈਸ਼ਲ ਦੱਸਿਆ ਮੈਂ ਅਤੇ ਇੰਨੀ ਵਧੀਆ ਪਲੇਟ ਔਰ ਇੰਨਾ ਵਧੀਆ ਬ੍ਰੇਕਫਾਸਟ ਥੈਂਕ ਯੂ ਸੋ ਮਚ ਇੰਨੇ ਸਾਲਾਂ ਦੇ ਵਿੱਚ ਸਾਰੇ ਪਾਕਿਸਤਾਨ ਨੂੰ ਸਾਰੇ ਪਾਕਿਸਤਾਨ ਨੂੰ ਥੈਂਕ ਯੂ ਇੰਨੇ ਸਾਲਾਂ ਦੇ ਵਿੱਚ ਜਾਣੀ ਕਿ ਆਹ ਦੋ ਸਾਲਾਂ 'ਚ ਪਹਿਲੀ ਵਾਰ ਕੋਈ ਗਵਾਂਢੀ ਮਿਲਿਆ ਸਾਨੂੰ ਉਹ ਵੀ ਵਧੀਆ ਮਿਲਿਆ ਗੁਆਂਢੀ ਮਿਲਿਆ ਨਹੀਂ ਕੋਈ ਗੁਆਂਢੀ ਨੀ ਅੱਜ ਤੱਕ ਕੋਈ ਕੁਛ ਨਹੀਂ ਦੂਰੋਂ ਦੂਰ ਦੋਸਤ ਆ ਜਿਹੜੇ ਦੋ ਚਾਰ ਹੈਗੇ ਆਪੂ ਦਾ ਚੈਨਲ ਆਫ ਯੋਰ ਵਰਲਡ ਆ ਤੇ ਇਹ ਗੇਮ ਅਪਲੋਡ ਕਰ ਰਹੇ ਆ ਰੋਬਲੌਕਸ ਦੇ ਪਾਰਟ ਤੇ ਤੁਹਾਨੂੰ ਹੋਰ ਮੈਂ ਏਰੀਆ ਦਿਖਾ ਦਾ ਆਵਾਜ਼ ਗੂੰਜ ਕਿਉਂ ਦੇਣੀ ਪ੍ਰੋਪਰ ਹੈ ਨਾ ਸਾਰੇ ਰੂਮ ਇਹਦੇ ਪੇਂਟ ਮਾਰ ਕੇ ਚੌਂਕਾ ਤੇ ਆ ਇੱਧਰ ਵੀ ਕੁਛ ਸਮਾਨ ਸਾਰਾ ਕੱਢ ਕੇ ਲੈ ਗਏ ਆ ਕਾਚਰ ਪੱਟੀ ਪਿਆ ਬਾਲਕਨੀਆਂ ਵਿਹਲੀਆਂ ਕਰਨ ਵਾਲੀਆਂ ਨੇ ਤੇ ਆਹ ਵੀ ਸਾਰਾ ਆਹੂ ਦਾ ਬੈੱਡ ਪਿਆ ਬਾਕੀ ਸਾਰਾ ਸਮਾਨ ਚਲਾ ਗਿਆ ਇਹ ਸੁੱਟ ਦੇਣਾ ਆਪਾਂ ਠੀਕ ਹੈ ਆ ਦੂਜਾ ਰੂਮ ਬਾਕੀ ਇਹਨੂੰ ਪਿਛਲੇ ਕਿੰਨੇ ਸਾਲਾਂ ਤੋਂ ਰਹਿੰਦੇ ਛੋਟੇ ਆਪਾਂ ਇੱਥੇ ਦੋ ਸਾਲ ਹੋ ਗਏ ਪਿਛਲੇ ਦੋ ਸਾਲਾਂ ਤੋਂ ਅਸੀਂ ਅਪਾਰਟਮੈਂਟ 'ਚ ਰਹਿੰਦੇ ਆ ਰਹੇ ਹਾਂ ਪਿਆਰ ਮੁਹੱਬਤ ਤਾਂ ਪੈ ਗਿਆ ਸੀ ਲੇਕਿਨ ਬਸ ਚੇਂਜ ਥੋੜ੍ਹਾ ਚੇਂਜ ਚਾਹੀਦਾ ਜਿਵੇਂ ਅਤੇ ਰੀਜ਼ਨ ਅੱਜ ਕੱਲ੍ਹ ਅਸੀਂ ਪੂਰੀਆਂ ਗੱਲਾਂ ਨਹੀਂ ਦੱਸਦੇ ਹਾਂ ਅਤੇ ਜਿਵੇਂ ਮੈਂ ਪੰਜਾਂ ਕੁ ਸਾਲਾਂ ਬਾਅਦ ਕੰਪਨੀ ਚੇਂਜ ਕਰ ਦਿੰਦਾ ਹੁਣ ਦੋ ਕੁ ਸਾਲਾਂ ਬਾਅਦ ਅਸੀਂ ਅਪਾਰਟਮੈਂਟ ਚੇਂਜ ਕਰ ਦਿੰਦੇ ਹਾਂ ਬਸ ਇਹੀ ਆ ਕੋਈ ਸਾਲ ਬਾਅਦ ਵੇਖ ਕਰ ਦੇਣਾ ਤਿੰਨ ਦੂਜੇ ਸਾਲ ਬਾਅਦ ਵੇਖ ਫਿਰ ਕਰ ਦੋ ਫਿਰ ਕਰ ਦੇਣਾ ਜਿੰਨੀ ਦੇਰ ਫਿੱਟ ਨਹੀਂ ਬਹਿੰਦਾ ਜਿੰਨੀ ਫਿੱਟ ਨਹੀਂ ਬਹਿੰਦਾ ਇਹ ਸਾਲਾ ਸਾਨੂੰ ਫੈਟੀ ਨਹੀਂ ਬੈਠਾ ਫਿੱਟ ਤੋਂ ਜ਼ਿਆਦਾ ਨਹੀਂ ਬੈਠਾ ਹਾਂ ਚਲੋ ਅੱਜ ਦਾ ਮਤਲਬ ਆਈ ਤੁਹਾਨੂੰ ਸਾਰਾ ਮਾਹੌਲ ਦਿਖਾਉਣਾ ਹੈ ਨਾ ਹੋਰ ਕੁਛ ਨਹੀਂ ਕਿਉਂਕਿ ਅੱਜ ਅਸੀਂ ਇੱਥੇ ਬਿਜ਼ੀ ਹਾਂ ਜੇ ਕਿਤੇ ਬਾਹਰ ਗਏ ਬਾਹਰ ਜਾਣ ਦਾ ਟਾਈਮ ਹੈ ਨਹੀਂ ਗਾ ਜਮਾਂ ਹੀ
ਤੁਹਾਨੂੰ ਉਸ ਨੰਬਰ ਅਸੀਂ ਅਪਡੇਟ ਕਰਦੇ ਰਹਾਂਗੇ। ਵਲੌਗ ਅਪਲੋਡ ਕੀਤੇ ਹੋਏ ਨੇ, ਜਾ ਕੇ ਦੇਖ ਲਿਓ ਫਿੱਲੀ 'ਚ। ਅਜੇ ਤਾਂ ਖਾਲੀ ਵਾਲਾ ਜਿਹੜਾ ਉੱਧਰ ਗਾਹ ਪਿਆ ਹੋਇਆ ਉਹ ਸਹੀ ਕਰਕੇ ਲਾਉਣਾ, ਬੈੱਡ ਜਿਹੜੇ ਡਿਸਮੈਂਟਲ ਹੁੰਦੇ ਉਹ ਕਿਤੇ ਉਹ ਸਮਾਰ ਕੇ ਲਾਉਣੇ ਆ। ਦੋ ਚਾਰ ਚੀਜ਼ਾਂ ਵਾ ਨਵੀਆਂ ਲੈ ਕੇ ਆਉਣੀਆਂ, ਉਹ ਸੈੱਟ ਕਰਨੀਆਂ, ਬਾਜ਼ਾਰ ਜਾਣਾ ਵਾ, ਉਹ 'ਚ ਕਿੰਨਾ ਟਾਈਮ ਲੱਗਣਾ, ਦਿਹਾੜੀ ਜਾਊਗੀ। ਲੱਗ ਜਾਣਾ ਬਾਈ, ਲੱਗ ਠੀਕ ਆ। ਫਿਰ ਆਪਦੇ ਮੂੰਹ ਮੱਥੇ ਸਮਾਰਨੇ, ਗਰੂਮਿੰਗ ਕਰਨੀ ਆ, ਦਾੜੀ ਧੌਲਿਆਂ ਦਾ ਹੱਲ ਕਰਨਾ, ਮੂੰਹ ਦਾ ਹੱਲ ਕਰਨਾ, ਭੈਣ 'ਚ ਨਹਾਉਣਾ ਵਾ, ਹਰੇ ਸਾਲਾ ਕਿੰਨਾ ਕੁਛ ਕੋਈ ਕਿੰਨਾ ਕੰਮ ਕਰਨਾ ਹਰੇ। ਚੰਗਾ ਫਿਰ ਬਵਾਸ, ਮਿਲਦੇ ਹਾਂ। ਅਗਰ ਤੁਹਾਨੂੰ ਇਹ ਬੰਦਾ ਚਾਹੀਦਾ, 3500 ਰੁਪਇਆ ਘੰਟੇ ਦਾ ਲੈਂਦਾ ਇਹ। ਕੰਮ ਬਾਈ ਮੈਂ ਸਾਰੇ ਕਰ ਲੈਂਦਾ ਹੈ। ਕੋਈ ਪੈਪ ਟੁੱਟੀ ਹੋਵੇ, ਕੋਈ ਐਗਜਸਟ ਫੈਨ ਨਾ ਚੱਲਦਾ ਹੋਵੇ, ਕਿਤੇ ਕੋਈ ਕੁਛ ਖਰਾਬ ਹੋਵੇ। ਮੈਂ ਤੁਹਾਨੂੰ ਦੱਸਦਾ, ਆਪਾਂ ਲੇਬਰ ਤੋਂ ਲੈ ਕੇ ਕੰਪਨੀ ਸੰਭਾਲਣ ਤੱਕ ਸਾਰੇ ਕੰਮ ਕਰ ਲੈਂਦੇ ਹਾਂ। ਆਹ ਦੇਖੋ ਬੁਰਸ ਬਾਜਦਾ, ਅੰਨੇ ਦੀ ਹੈਕ ਕਰਗਾ ਬੁਰਸ ਲਈ ਫਿਰਦਾ। ਤੇ ਆ ਚੱਕ, ਅਗਰ ਤੁਹਾਨੂੰ ਬੰਦਾ ਚਾਹੀਦਾ ਹੋਵੇ ਸਾਨੂੰ ਜ਼ਰੂਰ ਦੱਸਿਓ। ਬੁਕਿੰਗ ਔਨਲਾਈਨ ਵੈਬਸਾਈਟ 'ਤੇ ਜਾ ਕੇ ਕਲਾਰਾ ਵੱਧ ਪੈਂਦਾ, ਤਾਂ ਕਰਕੇ ਮੇਨ ਰੀਜ਼ਨ ਇਹ ਵੀ ਅਸਲੀ ਮੈਂ ਕਿਚਨ ਦੱਸਿਆ ਤਾਂ ਹੈਗਾ ਵੀ ਤੇਰੀ 3500 ਰੁਪਏ ਦਿਹਾੜੀ ਆ। ਔਖਾ ਹੋ ਜੂ, ਔਖਾ ਤਾਂ ਹੋਣਾ ਹੀ ਆ ਫਿਰ, ਉਹ ਤਾਂ ਆਪਣੀ ਜਿੰਦ ਜਾਨ ਹੈ। ਕੱਲ ਉਹੀ ਆ ਆਪਣੀ ਗੱਡੀ, ਥੋੜ੍ਹੀ ਜਿਹੀ ਵਿਚਾਰੀ ਬਿਮਾਰ ਰਹਿੰਦੀ ਆ ਅਤੇ ਟਾਈਮ ਇਹਦਾ ਨੇੜੇ ਆਇਆ ਲੱਗਦਾ। ਰੇਡੀਏਟਰ ਇਹਦਾ ਹੋ ਰਿਹਾ ਓਵਰ ਹੀਟ, ਮਤਲਬ ਗਰਮ ਹੋ ਰਿਹਾ, ਅਤੇ ਹੁਣ ਪਾਇਆ ਜਾ ਰਿਹਾ ਪਾਣੀ। ਇਹ ਸਾਰੇ ਬੰਦੋਬਸਤ ਆਪਾਂ ਰੱਖਦੇ ਹਾਂ ਨਾਲ, ਪਾਣੀ ਕੀ, ਜੰਪਰ ਕੀ, ਸਾਰਾ ਕੁਛ, ਕਿਉਂਕਿ ਜਦੋਂ ਪਤਾ ਹੋਵੇ ਨਾ ਵੀ ਬੰਦਾ ਆਪਣੇ ਘਰ ਕੋਈ ਬਿਮਾਰ ਹੈਗਾ, ਉਹਦੇ ਲਈ ਸਾਰੀਆਂ ਮੈਡੀਸਨ ਬੰਦੋਬਸਤ ਪੂਰਾ ਰੱਖੀਦਾ। ਖਾਲੀ ਪਿਆ ਦੇਖ, ਪਾਣੀ ਤਾਂ ਐਂ ਪੀਂਦੀ ਹੈ ਜਿਵੇਂ ਇਹ ਵਰਿਆਂ ਤੋਂ ਪਾਣੀ ਨਹੀਂ ਪਾਇਆ ਹੁੰਦਾ, ਅਰੇ ਪਰਸੋਂ ਪਾਣੀ ਪਾਇਆ, ਤਾਂ ਮਤਲਬ ਕੁਛ ਨਾ ਕੁਛ ਹੈ, ਦਇਆ ਕੁਛ ਨਾ ਕੁਛ ਤੋਂ ਗੜਬੜ ਹੈ। ਇਹ ਗੱਡੀ ਨਾਲ ਆਪਣਾ ਪਿਆਰ ਮਤਲਬ ਕਿ ਇੱਦਾਂ ਵਾ ਵੀ ਇਹਨੇ ਸਾਰਾ ਟਾਈਮ ਬਹੁਤ ਸਾਰਿਆ, ਜਿੱਥੇ ਜਿੱਥੇ ਮਤਲਬ ਲੋੜ ਪਈ ਆ ਆਪਾਂ ਨੂੰ ਇਹਨੇ ਪੂਰਾ ਸਾਥ ਦਿੱਤਾ, ਇਹਨੂੰ ਵਧੀਆ ਯਾਰਾ ਦੋਸਤਾਂ ਨੂੰ, ਅਤੇ ਫਿਰ ਉਹ ਚੀਜ਼ ਨਾਲ ਮੁਹੱਬਤ ਪੈ ਜਾਂਦੀ ਹੈ, ਅਤੇ ਹੁਣ ਵੀ ਸਾਥ ਦੇਈ ਜਾ ਰਹੀ ਹੈ। ਆਪਾਂ ਵੀ ਫਿਰ ਕਸਰ ਨਹੀਂ ਛੱਡੀ, ਪੂਰੇ ਟੌਪ ਦੇ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਇਹਨੂੰ, ਔਰ ਪੂਰੀ ਮੈਡੀਸਨ ਪ੍ਰੋਪਰ ਬ੍ਰਾਂਡ ਦੀ ਦਵਾਉਂਦੇ ਇਹਨੂੰ ਪੂਰੀ। ਕੀ ਕਰਦਾ ਵੇ, ਰੋਟੀ ਖਾ ਲਈ, ਸੱਤਿਆਨਾਸ਼ ਵੱਜਿਆ ਪਿਆ ਸਾਰੀ ਫੈਮਿਲੀ ਦਾ, ਇਹਨੇ ਜਵਾਕਾਂ ਨੂੰ ਸੁਣੇ, ਇਹਨਾਂ ਨੇ ਵੀ ਬਹੁਤ ਹੈਲਪ ਕੀਤੀ ਸਾਡੀ ਸ਼ਾਪਿੰਗ ਸ਼ਿਫਟਿੰਗ ਕਰਨ ਦੇ ਵਿੱਚ, ਥੋੜ੍ਹੀ ਝਾਤ ਮੈਂ ਤੁਹਾਨੂੰ ਸ਼ਿਫਟਿੰਗ ਦਾ ਖਲਾਰਾ ਫੁੱਲ ਪਿਆ ਹੋਇਆ, ਫੁੱਲ ਬਟਾ ਫੁੱਲ ਹਲੇ ਹੈ, ਇਹ ਹਲੇ ਇੱਕ ਪਾਸਾ ਸਮਾਨ ਸੈੱਟ ਕਰਨ, ਕੱਲ੍ਹ ਤੱਕ ਹੋਊਗਾ ਫੁੱਲ, ਸਮਾਨ ਸੈੱਟ ਕਰਨਾ, ਸਾਰਾ ਕੁਛ ਖਲ ਗੁੰਝੇ ਲਾਉਣਾ, ਹਲੇ ਸਮਾਨ ਲਿਆ ਕੇ ਰੱਖਿਆ ਵਾ। ਇਹ ਸ਼ੁਕਰ ਆ ਕਿ ਅਸੀਂ ਇੱਕ ਸੇਮ ਬਿਲਡਿੰਗ ਦੇ ਵਿੱਚ ਸੀ, ਅਦਰਵਾਈਜ਼ ਪਟਾਕੇ ਪਏ ਜਾਂਦੇ ਸਾਡੇ, ਹੈ ਨਾ ਸੁਨੀਲ। ਕੀ ਖਾਧਾ ਫਿਰ ਲੰਚ ਹਲੇ? ਫਿਲਹਾਲ ਸਾਨੂੰ ਬੈੱਡ 'ਤੇ ਬਹਿ ਕੇ ਖਾਣਾ ਪੈ ਰਿਹਾ, ਅਤੇ ਅਬਲਾ ਤਾਂ ਅਸੀਂ ਥੱਲੇ ਬਹਿ ਕੇ ਖਾ ਕੇ ਰਾਜ਼ੀ ਹਾਂ, ਡਾਇਨਿੰਗ ਡੂਨਿੰਗ ਟੇਬਲ ਸਾਡੇ ਹੱਥ ਵਾਸ ਦੀ ਗੇਮ ਨਹੀਂ ਹੈਗੀ। ਅਤੇ ਹੁਣ ਵੱਜਦੇ ਆ 3:45, ਹੁਣ ਮੈਂ ਥੋੜ੍ਹਾ ਸੌਂਗਾ, ਨੀਂਦ ਪੂਰੀ ਕਰੂੰਗਾ, ਅੱਜ ਹੈਗਾ ਸੰਡੇ, ਰਾਤ ਨੂੰ ਮੈਂ ਜਾਣਾ ਨਹੀਂ ਡਿਊਟੀ। ਕਿਉਂ ਆਖੂ? ਵਧੀਆ ਕਿਉਂ ਜਾਕੀ? ਹਾਂ ਤੋ ਕਿ ਚੱਲਿਆ ਕੰਮ ਤੇ, ਸਾਈਂ ਪੀਣੇ 'ਚ ਲੱਗ ਜਾਂਦੀ ਹੈ ਅਤੇ ਫਿਰ ਉਹ ਐਂ ਹੋ ਜਾਂਦਾ ਹੁੰਦਾ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਮਿਲਦੇ ਹਾਂ ਅਸੀਂ ਥੋੜ੍ਹੇ ਟਾਈਮ ਬਾਅਦ, ਫਿਰ ਅਸੀਂ ਯੰਗ ਬੋਆਏ ਬਣ ਕੇ ਘੁੰਮਾਂਗੇ। ਕਿਉਂ ਆਖੂ? ਆਫ ਕੋਰਸ ਨਾਟ, ਆਫ ਕੋਰਸ ਯੈਸ, ਨਾ ਆ
ਚਲੋ ਓਕੇ ਬਾਬਾ ਮਿਲਦੇ ਆ ਅਗਲੇ ਸਟੇਸ਼ਨ ਤੇ। ਸਲੀਮ ਜਾਊਗਾ ਬਾਹਰ, ਇਹ ਤੁਹਾਨੂੰ ਬਾਹਰਲੇ ਮਾਹੌਲ ਦਿਖਾ ਦੂਗਾ ਜਦ ਜਾਊਗਾ। ਆ ਹੋਈ ਨਾ ਗੱਲ, ਐਂ ਦੱਬਿਆ ਦੋਨਾਂ ਨੇ ਇੱਕੋ ਨਾਮ ਹੀ ਹੈ ਨਾ, ਤੇ ਯਾਰ ਘਰ ਸ਼ਿਫਟ ਕਰਨਾ ਸੌਖਾ ਨੀ ਯਾਰ, ਸਲੀਮ ਜਮਾਂ ਸੌਖਾ ਨੀ ਯਾਰ, ਔਖਾ ਤਾਂ ਹੈ, ਔਖਾ ਤਾਂ ਬਹੁਤ ਆ। ਉਹ ਤਾਂਹੀਓ ਲੋਕ ਬਾਈ ਨਹੀਂ ਕਰਦੇ ਛੇਤੀ ਕਿਤੇ, ਹਨਾ ਹਜੇ ਆਪਾਂ ਬਿਲਡਿੰਗ ਨਹੀਂ ਸ਼ਿਫਟ ਕੀਤੀ। ਹਾਂ ਤੇ ਹਲੇ ਬਿਲਡਿੰਗ, ਇੱਕ ਹੋਰ ਗੱਲ ਦੱਸਦਾ, ਜੇ ਆਪਾਂ ਬਿਲਡਿੰਗ ਸ਼ਿਫਟ ਕਰਦੇ ਨਾ ਆਪਾਂ ਤਾਂ ਉਹ ਮੰਗਾ ਲੈਣੀ ਮੂਵਰ ਵਾਲੇ, ਕਿਉਂਕਿ ਦੂਜੀ ਬਿਲਡਿੰਗ ਚ ਚੱਕ ਕੇ ਯਾਰ ਮੇਰੀ ਗੱਲ ਸੁਣ, ਮੂਵਰ ਵਾਲੇ ਤੋਂ ਮੰਗਾ ਵੀ ਲੈਂਦਾ, ਡਿਸਮੈਂਟਲ ਵਗੈਰਾ ਸਾਰਾ ਕੁਝ ਕਰਾਉਣਾ ਤਾਂ ਨਾਲ ਲੱਗ ਕੇ ਤੁਸੀਂ ਭਈ ਆ ਇਦਾਂ ਚੱਕ ਲਓ, ਇਹਨੂੰ ਇਦਾਂ ਚੱਕ ਲਓ, ਖੱਜਲ ਖੁਆਰੀ ਤਾਂ ਸਾਲੀ ਫੇਰ ਵੀ ਕੱਪੜੇ ਕੁਪੜੇ ਉਹ ਸਮਾਨ ਤਾਂ ਆਪਣੇ ਆ ਸਾਰਾ ਸਮਾਨ। ਹੁਣ ਆਪਾਂ ਜਿਹੜੇ ਮੁੰਡੇ ਮੰਗਾਏ ਸੀਗੇ ਉਹ ਜੇ ਉਹ ਨਾ ਮਿਲਦੇ ਆਪਾਂ ਨੂੰ ਨਾ ਕਰਦੇ ਉਹ, ਆਪਾਂ ਤਾਂ ਹੋਣਾ ਸੀ ਕਿਤੇ, ਉਹ ਸਾਰਾ ਹੈਵੀ ਸਮਾਨ ਤਾਂ ਉਹਨਾਂ ਨੇ ਚੱਕ ਕੇ ਰੱਖਿਆ। ਗੱਲ ਇੱਦਾਂ ਅਜੇ ਦੂਜਾ ਕਲੀਅਰ ਕਰਨਾ ਆਪਾਂ, ਜਿਹੜਾ ਕਚਰਾ ਖਲਾ ਰਿਹਾ ਸੀ ਉਹ ਸਾਫ਼ ਕਰ ਜਾਂਦਾ, ਠੀਕ ਹੋ ਗਿਆ। ਤੇ ਬਟ ਟੋਟਲ ਮਿਲਾ ਕੇ ਮੈਂ ਲਾਇਆ ਹਿਸਾਬ ਵੀ ਆਪਾਂ ਪਹਿਲਾਂ ਅਲੈਨ ਤੋਂ ਸ਼ਿਫਟ ਹੋਏ ਸੀ ਉਦੋਂ ਵੀ ਬਹੁਤ ਖੱਜਲ ਖੁਆਰੀ ਹੋਏ ਸੀ ਦੁਬਈ, ਤੇ ਹੁਣ ਦੁਬਈ ਤੋਂ ਸੇਮ ਬਿਲਡਿੰਗ ਉੱਥੇ ਸ਼ਿਫਟ ਹੋਏ ਉਹ ਹੁਣ ਵੀ ਬਹੁਤ ਜ਼ਿਆਦਾ, ਮਤਲਬ ਬੰਦਾ ਟਾਇਰਡ ਹੋ ਜਾਂਦਾ ਲੱਗਦੇ ਆ 3-4 ਦਿਨ ਲਗਾਤਾਰ। ਅਤੇ ਉੱਪਰ ਦੀ ਫਿਰ ਜਿਹੜੇ ਨੌਕਰੀਆਂ ਪੇਸ਼ੈਂਟ ਡਿਊਟੀ ਸਾਰੇ ਇੱਥੇ ਉੱਦਾਂ ਦਾ, ਮਤਲਬ ਬੰਦਾ ਜੋਬ ਕਰਦਾ ਟਾਈਮ ਕਿਸੇ ਕੋਲ ਹੈ ਨਹੀਂ, ਹੈ ਨਾ, ਤਾਂ ਕਰਕੇ ਉਹ ਉਦੋਂ ਬੰਦਾ ਫਸਦਾ। ਬਸ ਅੱਜ ਦੀ ਕਹਾਣੀ ਇਹ ਆ, ਅਤੇ ਹੁਣ ਵੱਜਦੇ ਆ 10, ਥੱਕ ਹਾਰ ਕੇ ਅਸੀਂ, ਮਤਲਬ ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਅਸੀਂ ਨਹਾ ਧੋ ਕੇ ਬੈਠੇ ਹਾਂ, ਕਿਉਂਕਿ ਨਹਾਤੇ ਵੀ ਉੱਦਾਂ ਦੇ ਅਸੀਂ ਨਹਾਤੇ ਵੀ ਉੱਦਾਂ ਦੇ ਹੀ ਲੱਗਦੇ ਹਾਂ, ਇਹ ਤਾਂ ਹੈ ਨਹੀਂ ਆ ਵੀ ਅਸੀਂ ਹੁਣ ਕਹਿ ਦਈਏ ਦੇਖਿਆ ਮੈਂ ਕਿੰਨਾ ਫਰੈਸ਼ ਲੱਗ ਰਿਹਾ, ਨਹਾ ਕੇ ਕਿਹੜਾ ਆਪਾਂ ਜਦ ਲਾ, ਤੇ ਇੱਦਾਂ ਹੋਈ ਗੱਲ, ਨਹਾ ਕੇ ਮੇਰੇ ਅਸੀਂ ਬਾਲ ਖਿਲਰੇ ਰਹਿੰਦੇ ਆ ਨਾ ਨਹਾਤੇ ਵੀ, ਲੇਕਿਨ ਮਜ਼ਾ ਆ ਗਿਆ, ਰੋਲ ਤਾਂ ਗਿਆ, ਚੱਸ ਬੜੀ ਆਈ, ਹੈਨਾ ਜਦੋਂ ਬੰਦਾ ਸਮਾਰ ਕੇ ਜੇ ਬਹਿੰਦਾ ਨਾ ਫਿਰ ਮਜ਼ਾ ਆਉਂਦਾ। ਹਾਂ ਮੈਂ ਪੂਰਾ ਫਿੱਟ ਲਾ ਕੇ ਐਨ ਮਾਹੌਲ ਬਣਾ ਕੇ ਬੈਠੇ ਸੀ, ਅਤੇ ਹੁਣ ਬਾਹਰ ਨਿਕਲੇ ਨੇ ਕੋਈ ਪੈਸੇ ਪੁਸੇ ਪਾਉਣੇ ਆਦੀ ਬੈਂਕ ਬੁੰਕ ਜੀ 'ਚ, ਅਤੇ ਹੁਣ ਜਾ ਕੇ ਉਹ ਗੱਲਬਾਤ ਕਹਾਣੀ ਖਤਮ ਕਰਨੀ ਹੈ। ਵਲੋਗ ਆਪਣੇ ਅਪਲੋਡ ਹੋ ਰਹੇ ਨੇ, ਰੀਲਸ ਵੀ ਅਪਲੋਡ ਹੋ ਰਹੀਆਂ ਨੇ, ਪਲੀਜ਼ ਜਾ ਕੇ ਦੇਖ ਕੇ ਉਹਨਾਂ ਨੂੰ ਪਿਆਰ ਮੁਹੱਬਤ ਐਵੇਂ ਦਿੰਦੇ ਰਹੋ ਜਿਵੇਂ ਦਿੰਦੇ ਆਏ ਹੁਣ ਤੱਕ। ਆਪਣਾ ਐਕਸਪੈਕਟੇਸ਼ਨਸ ਤਾਂ ਇਹ ਸੀਗੀਆਂ ਬਈ ਯੂਟਿਊਬ 'ਤੇ ਗਰੋਥ ਹੌਲੀ ਹੌਲੀ ਹੋ ਰਹੀ ਆ, ਮਤਲਬ ਆਪਾਂ ਟਾਈਮ ਲੱਗੂ, ਲੇਕਿਨ ਸਾਡਾ ਕਾਫੀ ਵੱਡਾ ਜੰਪ ਵੱਜ ਗਿਆ ਸਬਸਕ੍ਰਾਈਬਰਾਂ ਦਾ, ਮਤਲਬ ਸਾਡੇ ਲਈ ਬਹੁਤ ਵੱਡਾ, ਤੁਹਾਡੇ ਲਈ ਮਤਲਬ ਆਡੀਅੰਸ ਦਾ ਆਦਾ ਆਦਾ ਪੁਆਇੰਟ ਵੀ ਹੁੰਦਾ ਵੀ ਯਾਰ ਇਹ ਤਾਂ ਨਥਿੰਗ ਇਹਨਾਂ ਲਈ, ਲੇਕਿਨ ਜਿਹੜਾ ਬੰਦਾ ਯੂਟਿਊਬ ਨੂੰ ਚਲਾਉਣਾ ਬਾਈ ਖਾਲਾ ਜੀ ਦਾ ਵਾੜਾ ਨਹੀਂ, ਹੈ ਜੋਬ ਹੀ ਹੈ, ਜੋਬ ਹੀ ਇੱਕ ਤਰ੍ਹਾਂ ਦੀ ਸਾਡੀ ਚਲਾਉਣਾ ਹੈ ਫਰੀ ਸਟਾਰਟਿੰਗ ਤੋਂ। ਹਾਂ ਬਿਜ਼ਨਸ ਚਲਾਉਣਾ ਕੋਈ ਆ ਇਹ, ਅਤੇ ਆਪਦੇ ਐਫਰਟਸ ਪਾਉਣ ਨੂੰ ਆ ਇਹ ਈਜ਼ੀ ਨਹੀਂ ਹੈਗਾ, ਅਤੇ ਜਿਹਨੂੰ ਲੱਗਦਾ ਈਜ਼ੀ ਉਹ ਸਟਾਰਟ ਕਰਕੇ ਦੇਖ ਲਓ ਅਤੇ ਆਪਦੇ ਟਾਰਗੇਟ ਲੈ ਕੇ ਦੇਖ ਲਓ, ਜੈਨੂਨ ਗੱਲ ਆ, ਕਿਉਂਕਿ ਗੋਰਿਆਂ ਦੀ ਆ ਨਾ, ਅਗਰ ਹੁੰਦੀ ਇਹ ਮਤਲਬ ਦੇਸੀਆਂ ਦੀ 100 ਰੁਪਇਆ ਲੈ ਕੇ ਵਧਾ ਵਧੂ ਕੇ ਬੰਦਾ ਉਹ ਵਧਾਉਣ ਦਾ ਕਰਦੇ ਵੀ ਆ ਯੂਟਿਊਬ 'ਤੇ, ਯੂਟਿਊਬ 'ਤੇ ਤੁਹਾਨੂੰ ਤੁਸੀਂ ਅਗਰ ਸਰਚ ਮਾਰੋ ਅਤੇ ਹਾਊ ਟੂ ਇਨਕਰੀਜ਼ ਯੋਰ ਸਬਸਕ੍ਰਾਈਬਰ, ਹਾਊ ਟੂ ਇਨਕਰੀਜ਼ ਯੋਰ ਵਾਚ ਆਵਰ ਹੋ ਵੀ ਜਾਣਗੇ, ਲੇਕਿਨ ਚੈਨਲ ਇੱਦਾਂ ਸਲੋ ਹੋਊਗਾ ਤੁਹਾਡਾ, ਇਸ ਤਰ੍ਹਾਂ ਮਤਲਬ ਬੇੜਾ ਗਰਕ ਹੋਊ ਚੈਨਲ ਦਾ, ਤੁਸੀਂ ਉਹੀ ਫਿਗਰ ਲੈ ਕੇ ਬੈਠੇ ਰਹੋਗੇ ਵੀ ਹਾਂ ਯਾਰ ਆਹ ਮੈਂ ਵਧਵਾਏ ਸੀ ਜਾਂ ਆਹ ਕੀਤੇ ਸੀ, ਹੈ ਨਾ ਇਹ ਚੀਜ਼ ਆ। ਅਤੇ ਇਸ ਕਰਕੇ ਜਿਹਨੇ ਵੀ ਯੂਟਿਊਬ ਚੈਨਲ ਵਗੈਰਾ ਦਾ ਮਤਲਬ ਆਪਦਾ ਐਫਰਟ ਪਾਉਣਾ ਵਾ, ਅੱਛੀ ਗੱਲ ਆ ਪਾਓ, ਚੰਗੀ ਗੱਲ ਆ ਵਧੀਆ, ਸੋਸ਼ਲ ਮੀਡੀਆ ਆਉਣ ਵਾਲਾ ਟਾਈਮ ਔਰ ਚੱਲ ਵੀ ਰਿਹਾ, ਹੈ ਨਾ, ਅਤੇ ਜਿਹਨੇ ਐਫਰਟ ਪਾਉਣਾ ਪਾਓ, ਮਿਹਨਤ ਕਰੋ ਆਪਦਾ, ਜਾਂ ਐਜ ਏ ਐਂਟਰਟੇਨਮੈਂਟ ਲਈ ਇਹਨੂੰ ਲਓ, ਜਾਂ ਆਪਦਾ ਐਜ ਏ ਬਿਜ਼ਨਸ ਲਓ, ਜਾਂ ਆਪਦੀ ਗਰੋਥ ਲਈ, ਇਨਕਮ ਗਰੋਥ ਲਈ ਇਹਨੂੰ ਲਓ, ਕਿਸੇ ਵੀ ਤਰ੍ਹਾਂ ਜਿਸੇ ਵੀ ਤਰ੍ਹਾਂ ਕਰਨਾ, ਲੇਕਿਨ ਇਹ ਸੋਚ ਕੇ ਕਿ ਭਾਈ ਇਹ 'ਚ ਐਵੇਂ ਨਹੀਂ ਹੈਗਾ, ਇਹ ਚਵੜ ਜਬੜੀਆਂ ਮਾਰੀ ਜਾਂਦੇ ਆ, ਡੇਲੀ ਉੱਠ ਕੇ ਇੱਕ ਤੁਸੀਂ ਮੈਟਰ ਸੋਚਣਾ ਜਾਂ ਆਪਦੀ ਲਾਈਫ ਨੂੰ ਸ਼ੇਅਰ ਕਰਨਾ ਵਿਦ ਪਬਲਿਕ ਵਿਦ ਆਡੀਅੰਸ, ਹੈ ਨਾ, ਤਾਂ ਉਹ ਚੀਜ਼ ਡਿਫਰੈਂਟ ਹੁੰਦੀ ਆ, ਉਹ ਈਜ਼ੀ ਨਹੀਂ ਹੈਗੀ, ਮਤਲਬ ਉਹ ਚੀਜ਼ ਕਰਨੀ ਬਹੁਤ ਟਫ ਹੁੰਦੀ ਆ, ਕਿਉਂ ਸਲੀਮ ਹੈ? ਬਿਲਕੁਲ। ਹਾਂ ਅਤੇ ਬਾਕੀ ਸਪੈਸ਼ਲੀ ਜਿਹੜੇ ਜੋਬਾਂ ਪੇਸ਼ਿਆਂ ਵਾਲੇ ਆਪਦੇ ਕੰਮ ਧੰਦੇ ਵਾਲੇ ਬਿਜ਼ਨਸ ਵਾਲੇ ਆ ਸਾਰੇ, ਉਹਨਾਂ ਲਈ ਤਾਂ ਬਹੁਤ ਡਿਫੀਕਲਟ ਆ, ਹੈ ਨਾ, ਆਪਦਾ ਕੰਮ ਧੰਦਾ ਵੀ ਕਰਨਾ ਫਿਰ ਉਵੇਂ ਆ, ਲੋਕਾਂ ਨੂੰ ਆਪਦੇ ਫਰੈਸ਼ ਮੂਡ ਵੀ ਦਿਖਾਉਣੇ ਆ, ਲੇਕਿਨ ਘਰੇ
3600 ਟੈਨਸ਼ਨ ਆਉਂਦੀਆਂ ਜਿਹੜੀਆਂ ਕਿ ਲੁਕਾਈਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਹਟ ਕੇ ਵੀਡੀਓ ਬਣਾਈਆਂ ਜਾਂਦੀਆਂ ਨੇ ਕਈਆਂ ਦੇ ਮਨ ਸਾਡੇ ਵਰਗੇ ਇਹੋ ਜਿਹੇ ਹੁੰਦੇ ਕਿ ਅਗਰ ਘਰੇ ਤੁਹਾਡਾ ਮਨ ਜਾਂ ਬਾਹਰ ਤੁਹਾਡਾ ਦਿਮਾਗ ਸਹੀ ਨਹੀਂ ਹੈਗਾ ਤਾਂ ਵੀਡੀਓ ਨਹੀਂ ਬਣਾ ਸਕਦੇ ਉਹ ਬੰਦਾ ਫਿਰ ਉਹ ਮਿਸ ਆਊਟ ਹੋ ਜਾਂਦਾ ਵਾ ਹੈ ਨਾ ਜਿਵੇਂ ਅਸੀਂ ਪਿਛਲੇ 3 ਸਾਲ ਆਪਾਂ ਗੈਪ ਪਾਇਆ ਆਪਣੇ ਬਿਜ਼ਨਸ ਕਰਕੇ ਕਿਉਂਕਿ ਅਸੀਂ ਪੂਰਾ ਫੋਕਸ ਆਪਦੇ ਬਿਜ਼ਨਸ ਨੂੰ ਦਿੱਤਾ ਜਾ ਜਾ ਇਹਨੇ ਹੁਣ ਪੈਸੇ ਪਾਉਣੇ ਆ ਤੇ ਮੈਂ ਤੇ ਇੱਦਾਂ ਕਹਾਣੀ ਆ ਗੱਲਬਾਤ ਜਿਹਨੇ ਯੂਟਿਊਬ ਚੈਨਲ ਆਪਦਾ ਓਪਨ ਕਰਨਾ ਔਰ ਚਲਾਉਣਾ ਜਾਂ ਕੋਈ ਸੋਸ਼ਲ ਮੀਡੀਆ 'ਤੇ ਗਰੋਥ ਕਰਨੀ ਗੋ ਹੈਡ ਮੈਨ ਬਟ ਹਾਰਡ ਵਰਕ ਲੱਗਣਾ ਉੱਥੇ ਵਧੀਆ ਤਰੀਕੇ ਨਾਲ ਚਲੋ ਆਉਂਦਾ ਫਿਰ ਆਪਾਂ ਤੁਹਾਨੂੰ ਮਿਲਦੇ ਜਦੋਂ ਆਉਂਦਾ ਬਬਾਸ ਹੋ ਗਏ ਪੈਸੇ ਜਮ੍ਹਾਂ ਚੱਲ ਠੀਕ ਆ ਅਤੇ ਆਪਾਂ ਗੱਲ ਕਰਦੇ ਸੀਗੇ ਯੂਟਿਊਬ ਦੀ ਹੈ ਨਾ ਔਖਾ ਨਹੀਂ ਮਤਲਬ ਸੌਖਾ ਨਹੀਂ ਹੈਗਾ ਕੰਮ ਇਹ ਕਰਨਾ ਅਤੇ ਹੁਣ ਮਤਲਬ ਕਹਿਣ ਦਾ ਇਹ ਆ ਕਿ ਅਗਰ ਤੁਹਾਡੇ ਕੋਲ ਟਾਈਮ ਹੈ ਸਪੈਸ਼ਲੀ ਔਖਾ ਤਾਂ ਸਾਡੇ ਲਈ ਹੈਗਾ ਕਿਉਂਕਿ ਹੁਣ ਤਾਂ ਸਾਡੀਆਂ ਉਮਰਾਂ ਹੋ ਗਈਆਂ ਯਾਰ ਹੈ ਸਲੀਮ ਜੇ ਆਹੀ ਉਮਰ ਆਪਾਂ 20 ਸਾਲਾਂ ਦੇ ਜਾਂ 21 ਸਾਲਾਂ ਦੇ ਜਾਂ 19 ਸਾਲਾਂ ਦੇ ਹੁੰਦੇ ਅਤੇ ਕੰਜਰਖਾਨੇ 'ਚ ਧੱਕ ਪਾ ਦਿੰਦੇ ਹੈ ਨਾ ਹਾਂ ਹਾਂ ਬਾਈ ਜਿਹੜਾ ਆਪਾਂ ਦੱਸਦੇ ਹੀ ਨਾ ਕੀ ਕਹਿੰਦੇ ਉਹਨੂੰ ਹਾਂ ਸੋਸ਼ਲ ਮੀਡੀਆ ਰੀਲਾਂ ਸ਼ੀਲਾਂ ਜਾਂ ਕੰਜਰਖਾਨੇ 'ਚ ਪੂਰੀ ਧੱਕ ਪਾਉਂਦੇ ਲੇਕਿਨ ਹੁਣ ਇੱਥੇ ਤਾਂ ਉਦੋਂ ਤਾਂ ਭੈਣ 'ਚ ਗਰੁੱਪ ਮੋੜਾਂ 'ਤੇ ਸਾਡੇ ਕੋਲ ਕੁਛ ਹੁੰਦਾ ਨਹੀਂ ਸੀਗਾ ਫੋਨ ਔਰ ਨੈੱਟ ਇੰਨਾ ਜ਼ਿਆਦਾ ਮਤਲਬ ਉਹਦੀ ਇੰਨੀ ਹਾਈਪ ਆਈ ਨਹੀਂ ਸੀਗੀ ਅਤੇ ਮੋੜਾਂ 'ਤੇ ਖੜ੍ਹ ਜਾਣਾ 8-10 ਜਾਣਿਆਂ ਨੇ 4-5 ਜਾਣਿਆਂ ਨੇ ਗਰੁੱਪ ਬਣਾ ਕੇ ਅਤੇ ਫਿਰ ਉੱਥੇ ਚੱਲਦਾ ਕੰਮ ਫਿਰ ਇੱਕ ਦੂਜੇ 'ਤੇ ਕਿੱਟ ਲੱਗਦੀ ਆ ਤਵਾ ਲੱਗਦਾ ਹੈ ਮਜ਼ਾਕ ਚੱਲਦਾ ਪੂਰਾ ਖੱਜਲ ਖੁਆਰੀ ਹੁੰਦੀ ਆ ਹੈਂ ਅਤੇ ਤੁਰਿਆਂ ਦੇ ਕੁੱਤੇ ਦੇ ਰੋਲਾ ਮਾਰ ਦੇਣਾ ਹੈ ਅਤੇ ਬਥੇਰਾ ਕੁਛ ਹੁੰਦਾ ਸੀ ਕਿ ਭਾਂਡੇ ਖੇਡਣ ਲੱਗ ਜਾਣਾ ਕ੍ਰਿਕਟ ਖੇਡਣ ਲੱਗ ਜਾਣਾ ਕਿਤੇ ਅਮਰੂਦ ਤੋੜਨ ਵੜ ਜਾਣਾ ਹੈਂ ਇਹ ਚੀਜ਼ਾਂ ਸਾਰੀਆਂ ਲੇਕਿਨ ਉਹ ਹੁਣ ਉਹਨੂੰ ਤਾਂ ਬਹੁਤ ਕੰਟੈਂਟ ਜਿਵੇਂ ਅੱਜ ਕੱਲ੍ਹ ਦੇ ਨਿੱਕੇ ਜਵਾਕ ਬਣਾਉਂਦੇ ਆ ਕੰਟੈਂਟ ਜਾਂ ਵੀਡੀਓ ਉਹਨਾਂ ਨੂੰ ਉਹ ਆਪ ਖੁਦ ਕ੍ਰੀਏਟ ਪੈਸੇ ਸਪੈਂਡ ਕਰਦੇ ਤਾਂ ਬਣਾਉਂਦੇ ਨੇ ਉਹ ਹਨ ਅਸੀਂ ਤਾਂ ਕੈਰੀ ਕਾਨ ਤੇ ਪਤੰਗ ਲੁੱਟਣ ਭੱਜ ਜਾਂਦੇ ਸੀ ਯਾਰ ਸ਼ੂਫਾ ਦਾ ਯਾਨੀ ਸੀ ਬੱਜ ਜਾਣੀ ਸੀ ਉਹ ਹਰਾਮ ਦਾ ਯਾ ਪਿੱਛੇ ਨੂੰ ਆਈ ਜਾਂਦਾ ਸ਼ੂਫਾ ਦਾ ਹਰਾਮ ਦਾ ਓਏ ਕਿੱਥੇ ਆ ਜਿਹਦੇ ਉਦਣ ਗਏ ਸੀ ਹਾਂ ਯਾਰ ਪਾਕ ਦਰਬਾਰ ਦੇ ਚੱਲਦੇ ਆ ਥੱਕੇ ਮਤਲਬ ਉੱਥੋਂ ਆਪਾਂ ਆਰਡਰ ਲੈਣੇ ਆ ਡਿਨਰ ਦਾ ਵਧੀਆ ਤੇ ਖਾਣੇ ਪੀਣੇ ਆ ਫਿਰ ਅੱਜ ਕਿਉਂਕਿ ਥੱਕੇ ਹੋਏ ਆ ਘਰੇ ਕੁਛ ਨਹੀਂ ਬਣਨਾ ਆਰਡਰ ਹੀ ਕਰ ਦੇਣਾ ਸੀ ਉਹਨੂੰ ਕਿਹਨੂੰ ਉਹਨੇ ਆਰਡਰ ਹੀ ਕਰਨਾ ਸੀਗਾ ਜਦੋਂ ਆਪਾਂ ਬਾਹਰ ਆ ਗਏ ਫਿਰ ਆਪਾਂ ਲੈ ਚੱਲਦੇ ਆ ਸਮਝਦੇ ਗੱਲ ਤੁਸੀਂ ਇਹ ਬਹਿ ਬੂਹ ਜਾਂਦੇ ਆ ਮਤਲਬ ਏਦਾਂ ਮੈਂ ਬੈਠਾ ਹੀ ਹੋਇਆ ਸੀ ਜਦੋਂ ਮੈਨੂੰ ਲੈ ਕੇ ਆਇਆ ਚੱਲ ਠੀਕ ਆ ਫਿਰ ਏਦਾਂ ਹੀ ਆਰਡਰ ਕਰ ਲੈਂਦੇ ਆ ਪਾਕ ਦਰਬਾਰ ਦੇ ਚੱਲਦੇ ਆ ਘਰੇ ਚੱਲ ਟਾਈਮ ਹੈਗਾ ਹਾਲੇ 10:15 ਹੁੰਦੇ ਆ ਰਾਤ ਸਾਰੀ ਸਾਡੀ ਆ ਤੇ ਓਕੇ ਮਿੱਤਰੋ ਇਹ ਆਪਣੀ ਵਾਰਤਾਲਾਪ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਵੇ ਕੁਛ ਕਹਿਣਾ ਚਾਹੁੰਦਾ ਆਪਣੇ ਆਡੀਅੰਸ ਨੂੰ ਮਾਮਾ ਤੱਕ ਪੂਰੀ ਸਬਸਕ੍ਰਾਈਬਰ ਦੇ ਇੱਕ ਮਿੰਟ ਬਾਅਦ ਇੱਕ ਸਬਸਕ੍ਰਾਈਬਰ ਵਧਦਾ ਸਾਡਾ ਸਾਲ ਸਾਲ ਆ ਲੋ ਇੰਨੀ ਹਾਈਪ ਸਾਡੀ ਜਾ ਰਹੀ ਆ ਹੁਣ ਪੂਰੀ ਗਰੋਥ ਕਹਿਣਾ ਤਾਂ ਇਹੀ ਚਾਹੁੰਦਾ ਧੰਨਵਾਦ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਹੁਣ ਸਾਨੂੰ ਦੇਖ ਲਿਆ ਕਰੋ ਤੇ ਅੱਗੇ ਜੇ ਅੱਗੇ ਸ਼ੇਅਰ ਕਰਿਆ ਹੋਏ ਰੋ ਅੱਗੇ ਨਹੀਂ ਕਿ ਥੋੜਾ ਜਿਹਾ ਮਾਰੋ ਚਲੋ ਕੋਈ ਗੱਲ ਨਹੀਂ ਜੇ ਸਾਡਾ 1 ਲੱਖ ਸਬਸਕ੍ਰਾਈਬਰ ਹੋ ਗਿਆ ਹਾਂ ਸਰੀ ਫਿਰ ਓਹੋ ਹੋ ਹੋ ਫਿਰ ਦੇਖੀ ਕਿੱਡੀ ਪਾਰਟੀ ਕਰਦਾ ਮੈਂ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਪਾਰਟੀ ਕਰਨੀ ਧੱਕ ਪਾ ਕੇ ਓਵੇਂ ਨਹੀਂ ਵੀ ਸਾਡੇ 7 ਲੱਖ ਸਬਸਕ੍ਰਾਈਬਰ ਹੋ ਗਏ ਇਹ ਸੋਚ ਕੇ ਵੀ ਸਾਡੀ ਮਿਹਨਤ ਅਸੀਂ ਮਤਲਬ ਜਿਹੜੇ ਕੰਮ ਪਿੱਛੇ ਪਏ ਉਹ ਹੋ ਗਿਆ ਮਿਹਨਤ ਐਂ ਲੱਗਦਾ ਵਾ ਫੀਲਿੰਗ ਇਹ ਹੁੰਦੀ ਹੈ ਵੀ ਇੱਕ ਕੰਪਨੀ ਓਪਨ ਕੀਤੀ ਹੈ ਇੱਕ ਕੰਮ ਓਪਨ ਕੀਤਾ ਹੈ ਇਦਾਂ ਹੀ ਲੱਗਦਾ ਇਹਨੂੰ ਸਕਸੈਸ ਕਰਨਾ ਹੈ ਬਸ ਇਦਾਂ ਹਾਂ ਟਾਰਗੇਟ ਇਦਾਂ ਜਿਵੇਂ ਆਪਾਂ ਦੂਜੇ ਕੰਮ ਲੈਣੇ ਸਕਸੈਸ ਹੋ ਗਈ ਉਦੋਂ ਖੁਸ਼ੀ ਬਹੁਤ ਹੋਊਗੀ ਹਾਂ ਸਕਸੈਸ ਇਨ ਦਾ ਸੈਂਸ ਮਤਲਬ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਹੋ ਗਏ ਸਕਸੈਸ ਇਨ ਦਾ ਉਹ ਜਿਹੜਾ ਬਟਨ ਆਉਂਦਾ ਆਹ ਉਹ ਚੀਜ਼ ਉਹ ਬਟਨ ਵਾਲਾ ਕਹਾਣੀ ਆ ਉਹ ਸਕਸੈਸ ਹੈ ਇਹਦੀ ਹਾਂ ਲੇਕਿਨ ਜੇ ਆ ਗਿਆ ਤਾਂ ਬਹੁਤ ਖੁਸ਼ੀ ਦੀ ਗੱਲ ਹੋ ਜੇ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਆਪਦੇ ਸ਼ੌਂਕ ਜੇ ਪੂਰੇ ਹੋਈ ਜਾਂਦੇ ਸ਼ੌਂਕ ਦੇ ਇਹਦੇ ਅਸੀਂ ਕਿਹੜਾ ਹੀਰੋ ਬਣਨਾ ਸੀ ਅੱਜ ਕੱਲ ਯੂਟਿਊਬ ਤੇ ਸਰਚ ਕਰੇ ਤੇ ਮਿਲ ਤਾਂ ਜਾਂਦੇ ਆ ਸਹੀ ਗੱਲ ਤੇ ਜੇ ਆਪਣੇ ਨਾਲ ਦੇ ਜਿਹੜੇ ਸਲੀਮ ਹੈਗੇ ਆ ਉਹ ਦੇਖ ਕੇ ਕੀ ਸੋਚਣਗੇ ਯਾਰ ਵੈਸੇ ਉਹ ਕਹਿਣਗੇ ਫੁੱਦੂ ਸਾਰੇ ਕੀ ਜਬੜੀਆਂ ਮਾਰੀ ਜਾਂਦੇ ਹਨ ਐ ਕੀ ਸਾਡੇ ਦਿਮਾਗ ਤਾਂ ਆਪਣੇ ਵਾਲੇ ਨਾਲ ਦਾ ਹੀ ਆ ਜਬੜੀਆਂ ਮਾਰੀ ਜਾਂਦੇ ਸਾਡਾ ਵੀ ਉਦਾਂ ਦਾ ਹੀ ਸੀ ਮਾਹੌਲ ਤੇ ਲੇਕਿਨ ਚਲੋ ਅਸੀਂ ਇੱਧਰ ਨੂੰ ਆਦੇ ਆਪ ਨੂੰ ਡਾਈਵਰਟ ਕੀਤਾ
ਕਿ ਯਾਰ ਅਸੀਂ ਘਰੇ ਇੰਨਾ ਫਨ ਮਜ਼ਾਕ ਕਰਦੇ ਹਾਂ ਇੱਕ ਦੂਜੇ ਨਾਲ ਪਰਿਵਾਰ ਦੇ ਵਿੱਚ, ਇਹਨੂੰ ਥੋੜ੍ਹਾ ਜਿਹਾ ਆਪਾਂ ਸੋਸ਼ਲਾਈਜ਼ ਕਰ ਲਈਏ ਥੋੜ੍ਹਾ ਜਿਹਾ, ਹੈ ਨਾ। ਕਦੇ ਕਦੇ ਸਾਡੇ ਹਲਕੇ ਜਿਹੇ ਪੰਚ ਨਿਕਲ ਆਉਂਦੇ ਨੇ ਇੱਕ ਦੂਜੇ ਦੇ, ਹਾਸਾ ਮਜ਼ਾਕ ਦੋਨਾਂ ਭਰਾਵਾਂ ਦਾ, ਹੈ ਨਾ। ਅਤੇ ਬਸ ਉਹੀ ਬਸ ਉਹੀ ਉਹਨੂੰ ਕੱਢਦਾ ਉਹਦੇ ਕਰਕੇ ਰੈੱਡ ਲਾਈਟ ਹੋ ਗਈ। ਚੱਲ ਕੋਈ ਗੱਲ ਨਹੀਂ, ਅਤੇ ਆਹਾਂ ਜੀ ਬਸ ਮਸਲੇ ਅਤੇ ਮਸਾਇਲ ਚੱਲਦੇ ਆਉਂਦੇ ਨੇ। ਹੋਰ ਵੀ ਕਹਾਣੀ ਸੁਣਾ ਸੀ ਫਿਰ ਸਾਰਿਆਂ ਨੂੰ। ਹੋਰ ਤਾਂ ਆਪਾਂ ਰੀਲ ਕੋਈ ਯਾਦ ਉਹਦੀ ਯਾਦ ਦੀ ਗੱਲ ਸੁਣਾ ਯਾਰ, ਕੋਈ ਕੋਈ ਆਪਦੇ ਕਾਲਜ ਟਾਈਮ ਦੀ ਬਚਪਨ ਦੀ ਹਾਸੇ ਵਾਲੀ ਕੋਈ ਗੱਲ। ਬਹੁਤ ਗੱਲਾਂ ਸਾਡੇ ਕਾਲਜ ਦੀਆਂ, ਬਾਹਲੀਆਂ ਗੱਲਾਂ ਯਾਰ ਸਾਡੀਆਂ, ਜੇ ਸਾਨੂੰ ਕਦੇ ਇਕੱਠਾ ਬਿਠਾ ਦੇ ਨਾ, ਮੈਨੂੰ ਨੰਨੂ ਕੱਲੂ ਨੂੰ, ਹੈ ਨਾ, ਗੁਰੀ ਨੂੰ, ਚਾਚੇ ਨੂੰ, ਵੀ ਸਾਡੀਆਂ ਬਹੁਤ ਗੱਲਾਂ ਨਿਕਲਣੀਆਂ, ਬਹੁਤ ਗੱਲਾਂ ਬਾਹਲੀਆਂ ਜ਼ਿਆਦਾ ਯਾਰ। ਕਦੇ ਆਪਾਂ ਇਹੋ ਜਿਹਾ ਮਾਹੌਲ ਆਏ ਤਾਂ, ਲੇਕਿਨ ਅਗਰ ਉਹਨਾਂ ਇਹ ਸਾਰੇ ਦੋਸਤ ਨੂੰ ਇਕੱਠੇ ਕਰਕੇ ਇੱਕ ਪੋਡਕਾਸਟ ਕਰੀਏ ਨਾ, ਚੱਲ ਠੀਕ ਹੈ। ਆਪਾਂ ਟਰਾਈ ਕਰਾਂਗੇ ਵੀ ਇਹਨਾਂ ਨੂੰ ਇਕੱਠੇ ਕਰਕੇ, ਤੇ ਮਾਹੌਲ ਮੈਕ ਮੂਹਰੇ ਰੱਖਿਆ ਹੋਵੇ, ਹੈ ਨਾ, ਸਾਰੀਆਂ ਗੱਲਾਂ, ਮਤਲਬ ਬੰਦਾ ਸਪੀਕ ਅਪ ਹੋਵੇ, ਹਾਂ ਯਾਰ ਅਸੀਂ ਆਹ ਕੰਮ ਕਰਦੇ ਰਹੇ। ਮੈਨੂੰ ਕੱਲੋ ਅਸਵਦੀ ਆਉਂਦੇ ਹੁੰਦੇ ਨਾ, ਚੱਲ ਮੈਨੂੰ ਚੱਕ ਲੈ, ਨਹੀਂ ਤਾਂ ਨਾ ਬਾਈ ਉਹ ਸਾਡਾ ਆਪਣਾ ਮਿੱਤਰ ਆ ਹੈਰੀ ਮੋਟਾ ਲੁਧਿਆਣੇ ਵਾਲਾ, ਤੂੰ ਤਾਂ ਜਾਣਦਾ ਉਹਨੂੰ ਬਿਨਾਂ ਉੱਚੀ ਬੋਲ ਕੇ ਦੱਸ ਯਾਰ ਕਹਾਣੀ। ਜਦੋਂ ਕਾਲਜ ਚ ਤੁਰਨਾ ਨਾ, ਮੋਟੇ ਨੂੰ ਚੱਕ ਕੇ ਵਿਚਾਲੇ ਬਿਠਾ ਲੈਂਦੇ ਸੀ, ਇੱਕੋ ਵਿਚਾਰਾ ਕੰਨ ਚ ਮੇਰੇ ਜਿੱਡਾ ਵਾ, ਯਾਰ ਯਾਰ ਦੋਸਤ ਛੇ ਛੇ ਮੁੱਟੇ ਨੇ ਸਾਰੇ, ਉਹਨੂੰ ਘਰੇ ਲੈ ਜਾਂਦੇ ਸੀ, ਪੰਜ ਪੰਜ ਹਫ਼ਤਿਆਂ ਤੇ ਬਾਅਦ ਮੋੜਦੇ ਸੀ ਮੁੰਡਾ, ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਹੈਰੀ ਲੁਧਿਆਣੇ ਵਾਲਾ, ਉਹ ਸ਼ਹਿਰੀ ਆ ਜਿਹਾ ਮੁੰਡਾ, ਉਹ ਪੰਜਾਬੀ ਮੁੰਡਾ, ਤੇ ਮੇਰੇ ਕਿ ਜਿੰਨੀ ਹਾਈਟ ਆ, ਤੇਰੇ ਸਾਰੇ ਯਾਰ ਦੋਸਤ ਛੇ ਛੇ ਫੁੱਟ ਆ, ਉਹਨੂੰ ਬਿਨਾਂ ਪੁੱਛੇ ਹੀ ਕਾਲਜ ਤੋਂ ਹੀ ਚੱਕ ਕੇ ਵਿਚਾਲੇ ਬਿਠਾ ਕੇ ਆਪਦੇ ਪਿੰਡਾਂ 'ਚ ਲਿਆ ਕੇ, ਯਾਰ ਦੋਸਤ ਆ ਇਕੱਠੇ, ਲੇਕਿਨ ਉਹਨੂੰ ਪੁੱਛਦੇ ਨਹੀਂ ਸੀ ਬਈ ਤੂੰ ਚੱਲਣਾ ਜਾਂ ਨਹੀਂ ਚੱਲਣਾ, ਜਾਂ ਤੂੰ ਰਹਿਣਾ ਜਾਂ ਨਹੀਂ ਰਹਿਣਾ, ਕੀ ਕਹਿਣਗੇ ਗੁੱਸੇ ਨਾਲ ਵੀ ਨੀ ਕਹਿ ਸਕਦਾ ਕੁੱਟਣਗੇ, ਕਿਉਂਕਿ ਯਾਰੀ ਦੋਸਤ ਸੀ, ਥੱਪੜੇ ਪਾ ਦਿੰਦੇ, ਗੁੱਸੇ ਵੀ ਹੋ ਕੇ ਕਹਿੰਦਾ ਸੀ ਕੋਈ ਗੁੱਸਾ ਮੰਨਦਾ ਹੀ ਨੀ ਸੀ ਉਦੋਂ, ਵੀ ਹਾਂ ਕੋਈ ਨਾ ਕਹੀ ਜਾਣ ਤੇ ਸ਼ਾਮ ਨੂੰ ਤਾਂ ਫੇਰ ਬਿਠਾ ਲੈਣਾ ਤੈਨੂੰ ਯਾਰ। ਉਹ ਮਾਹੌਲ ਵੀ ਵਧੀਆ ਹੁੰਦਾ ਨਾ ਬਾਈ, ਲੇਕਿਨ ਉਹ ਇੱਕ ਪਿਆਰ ਹੀ ਹੁੰਦਾ ਨਾ, ਗੁੱਸਾ ਕਰਨਾ, ਹੈ ਨਾ, ਯਾਰ ਤੁਸੀਂ ਮੈਨੂੰ ਘਰੇ ਨੀ ਜਾਣ ਦਿੰਦੇ, ਮੇਰੇ ਮੰਮੀ ਡੈਡੀ, ਕੁਛ ਕਰ ਵੀ ਨੀ ਸਕਦਾ, ਹੈ ਨਾ ਬਾਈ, ਉਹੀ ਬੋਲ ਵਰਤਣ ਵਾਲੇ ਆ ਹੁਣ, ਉਹੀ ਮੈਂ ਤਾਂ ਜਾਣਦਾ ਇਹਨਾਂ, ਸਟਿਲ ਉਹੀ ਕਨੈਕਸ਼ਨ ਆ, ਚਾਰ ਪੰਜ ਜਾਣੇ ਛੇ ਜਾਣੇ ਜਿਹੜੇ ਹੈਗੇ ਨੇ, ਜਦੋਂ ਇਹ ਹਰਕਤਾਂ ਕੀਤੀਆਂ ਤਾਂ ਹੀ ਇਹਨਾਂ ਲੰਬਾ ਟਾਈਮ ਚੱਲਿਆ। ਇਹੋ ਜਿਹੀਆਂ ਹੋਰ ਬਹੁਤ ਗੱਲਾਂ ਨੇ, ਬਹੁਤ ਗੱਲਾਂ ਨੇ, ਮਤਲਬ ਹੁਣ ਆਪਾਂ ਸ਼ੇਅਰ ਕਰਾਂਗੇ ਆਪਦੇ ਕਾਲਜ ਫਰੈਂਡ ਦੀਆਂ, ਸਕੂਲ ਦੀਆਂ, ਬਚਪਨ ਦੀਆਂ ਸਾਰੀਆਂ ਗੱਲਾਂ, ਹੈ ਨਾ। ਤੇ ਹਰ ਇੱਕ ਪੰਜਾਬੀ ਮੁੰਡੇ ਦਾ ਬਚਪਨ ਜਵਾਨੀ ਇਹੀ ਪੈਟਰਨ ਚੋਂ ਲੰਘਦੀ ਆ, ਇਹੀ ਫਨ ਚੋਂ ਲੰਘਦੀ ਆ ਯਾਰ। ਹੈਰੀ ਪਤਾ ਕਿ ਉਹ ਪ੍ਰੋਫੈਸਰ ਆ, ਯਾਰ ਨਹੀਂ ਨਾਂ ਨਾ ਲੈ, ਕਿਹੜੀ ਯੂਨੀਵਰਸਿਟੀ ਦੇ ਵਿੱਚ ਆ, ਮੈਂ ਦੱਸ ਸਕਦੇ, ਮੈਂ ਕੱਟ ਕਰੂੰਗਾ ਇਹ, ਨਾਂ ਨੀ ਲੈਣਾ, ਕਿਹੜੀ ਯੂਨੀਵਰਸਿਟੀ ਦੇ ਵਿੱਚ ਹੈਗਾ ਉਹ, ਜਿਹੜੇ ਮੁੰਡੇ ਦੀ ਗੱਲ ਕਰਦਾ ਨਾ ਮਿੱਤਰ ਯਾਰ ਦੋਸਤ, ਟੌਪ ਦਾ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆ ਉਹ, ਪੜ੍ਹਾਉਣਾ ਵੀ ਟੈਂਟ ਲਾ ਕੇ ਮੁੰਡੇ, ਤੂੰ ਉਹਨੂੰ ਜੋਬ ਤੋਂ ਕਢਾਏਗਾ, ਪੜ੍ਹਨ ਲੱਗੇ ਹੋਏ ਸੀਗੇ ਐ ਨੀ ਕਹਿੰਦੇ ਬਾਈ, ਪੂਰੀ ਯਾਰੀ ਦੋਸਤ ਹੀ ਫੁੱਲ ਨਿਭਾਈ ਆ ਨਾਲ, ਐਸੀ ਗੱਲ ਨੀ, ਦੇਸੀ ਸੀ ਬੰਦਾ ਪੂਰਾ, ਹਜੇ ਵੀ ਖੜੇ ਨੇ ਉਹ, ਹਜੇ ਵੀ ਹੈ ਪੂਰਾ ਜ਼ਿੰਮੇਦਾਰ ਬੰਦਾ, ਉਹੀ ਆ ਸਾਰਿਆਂ ਨੂੰ, ਹੈਨਾ। ਜਿੱਦਣ ਅਸੀਂ ਆਏ ਸਾਡਾ ਮਾਹੌਲ ਬਣੇ ਤਾਂ ਅਸੀਂ ਬਹੁਤ ਗੱਲਾਂ ਕਰ ਜਾਂਦੇ ਹਾਂ ਬੈਠੇ ਬੈਠੇ, ਮੇਰੀ ਤਾਂ ਕੱਲੂ ਦੀ ਸ਼ਾਇਰੀ ਹੁੰਦੀ ਸੀ ਸ਼ਾਇਰੀ। ਅੱਛਾ, ਕੱਲੂ ਮੈਂ ਦੱਸ ਦਿੰਦਾ, ਕੱਲੂ ਇਹਦਾ ਦੋਸਤ ਆ, ਇਹਦੇ ਨਾਲ ਪੜ੍ਹਦਾ ਹੁੰਦਾ ਸੀ, ਜਿਗਰੀ ਯਾਰ ਹਜੇ ਵੀ ਕੰਟੈਕਟ ਵਿੱਚ ਹੈਗਾ ਵਾ, ਉਹ ਕੈਨੇਡਾ ਬੈਠੇ ਨੇ, ਇਹ ਆਪਾਂ ਸੀ ਇੱਥੇ ਦੁਬਈ ਦੇ ਵਿੱਚ। ਚੱਲ ਹੁਣ ਦੱਸ,
ਉਹਨੇ ਮੈਨੂੰ ਦੱਸਦਾ ਵੀ ਸਾਡੀ ਸ਼ਾਇਰੀ ਹੁੰਦੀ ਸੀ ਮੈਂ ਤੇ ਕੱਲੂ ਸ਼ਾਇਰੀ ਕਰਦੇ ਹੁੰਦੇ ਸੀ ਹਮੇਸ਼ਾ ਪਿੱਛੇ ਵਾਲੀ ਸੀਟ ਹੁੰਦੀ ਸੀ ਨਾ ਸਾਨੂੰ ਚਲਾਉਣ ਦਿੰਦੇ ਨਾ ਸਾਨੂੰ ਮੂਹਰੇ ਬਿਠਾਉਂਦੇ ਸੀ ਤੇ ਨਾ ਗੱਡੀ ਚਲਾਉਣ ਦਿੰਦੇ ਸੀ ਨਾ ਇਹਨਾਂ ਨੂੰ ਮੂਹਰੇ ਬਿਠਾਉਂਦੇ ਸੀ ਸੈੱਟ ਕੰਮ ਅੱਗੇ ਪਿੱਛੇ ਬੈਠੇ ਫਿਰ ਮੈਂ ਤੇ ਕੱਲੂ ਸ਼ਾਇਰੀ ਕਰਦੇ ਸੀ ਉਹ ਵੀ ਕੰਨ ਚ ਕਾਪੀ ਤੇ ਲਿਖੀ ਫਿਰਦੇ ਗਾਣੇ ਬਹੁਤ ਭੈਣੇ ਪਠਾਨਕੋਟ ਸੀ ਆਈ ਨੇ ਚੱਕ ਲਏ ਇਹ ਤੇ ਇਹਨਾਂ ਨਾਮ ਨੂੰ ਜਾਂ ਚੱਕੇ ਨੀ ਮਤਲਬ ਤਕੜੇ ਕੇਸ ਚ ਨਾਂ ਜਿਹਾ ਬੋਲਦਾ ਸੀ ਹਨਾ ਤੇ ਉੱਥੇ ਜਾਂਦੇ ਸੀ ਮੈਂ ਵੀ ਗੱਡੀ ਚ ਬੈਠੇ ਮੈਂ ਬਾਹਰੋਂ ਗਿਆ ਸੀਗਾ ਹਲੇ ਇੰਡੀਆ ਤੇ ਇਹਦਾ ਵੀ ਨਾਂ ਸੀ ਵੱਡੇ ਭਰਾ ਹੋਣ ਦੇ ਨਾਤੇ ਮੈਂ ਕਿਹਾ ਚੱਲ ਮੇਰਾ ਵੀ ਮੈਂ ਵੀ ਜਾਣਾ ਹਨਾ ਨਾਲ ਤੇ ਪੁੱਛ ਕੇ ਵੀ ਏਦਾਂ ਦਾ ਕਹਾਣੀ ਕੀ ਆ ਇਹ ਸਾਲੇ ਗੱਡੀ ਚ ਬੈਠਾ ਨੰਨੂ ਕੱਲੂ ਪਤਾ ਨੀ ਇਹ ਮੂਹਣਾ ਵਾਜਿਆ ਕਰਕੇ ਨਾ ਪੇੜ ਚ ਐਂਬੂਲੈਂਸ ਕਿੱਥੋਂ ਆਈ ਜਿਹੜਾ ਗੱਡੀ ਚਲਾਉਂਦੀ ਆ ਤੇ ਮੂਹਣਾ ਵਾਜ ਟੂੜੂ ਟੂੜੂ ਮਤਲਬ ਉਹਨੂੰ ਐਂਬੂਲੈਂਸ ਆਈ ਰਾਹ ਐ ਕਰਕੇ ਮਤਲਬ ਤੁਸੀਂ ਇਮੇਜਿਨ ਕਰੋ ਵੀ ਉਹ ਮਾਹੌਲ ਕਿਉਂ ਇੰਨਾ ਸੈਂਸਿਟਿਵ ਮਾਹੌਲ ਤੇ ਤੇ ਹੁਣ ਆਪਾਂ ਇਹ ਟੋਪਿਕ ਲੈ ਕੇ ਆਵਾਂਗੇ ਸਾਰੇ ਯਾਰ ਦੋਸਤ ਮਿੱਤਰ ਤੇ ਕਹਾਣੀਆਂ ਜਿੱਦਣ ਮਾਹੌਲ ਬਣਿਆ ਤੁਸੀਂ ਟੱਚ ਚ ਰਹੋ ਸਾਡੇ ਤੇ ਆਪਾਂ ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਕਰਾਂਗੇ ਠੀਕ ਆ ਜੀ ਤੇ ਹੁਣ ਅਸੀਂ ਵਲੌਗ ਦਾ ਕਰਦੇ ਆ ਐਂਡ ਯਾਦ ਦਵਾ ਦੇ ਬਚਪਨ ਯਾਦ ਆ ਜਾਂਦਾ ਤੇ ਹੁਣ ਅਸੀਂ ਕਰਦੇ ਆ ਵਲੌਗ ਦਾ ਐਂਡ ਤੁਹਾਡੀ ਬੜੀ ਮਿਹਰ ਤੁਹਾਡੀ ਬੜੀ ਮਿਹਰਬਾਨੀ ਸਾਨੂੰ ਮਤਲਬ ਕਹਾ ਦੇਖਣ ਦੀ ਜਵਲੀਆਂ ਦੇਖਣ ਦੀ ਥੈਂਕ ਯੂ ਸੋ ਮਚ ਬਾਬਾਸ